ਭੁੱਖ ਲੱਗੀ ਆ, ਕੀ ਬਣਾਇਆ ਭਾਬੀ ਨੇ? ਲੈ ਅੱਜ ਫੇਰ ਖੱਟੀ ਦਾਲ ਹੀ। ਕੀ ਬੰਦਾ ਕਰੇ ਹੁਣ, ਰੋਜ਼ ਕੀ ਖਾਏ ਹੁਣ? ਭਾਬੀ ਸਬਜ਼ੀ ਤੋੜ ਕੇ ਬਣਾਉਂਦੀ ਨਹੀਂ ਤੇ ਬੰਦਾ। ਕੱਦੂ ਬਣਾ ਲਏ, ਤੋਰੀਆਂ ਬਣਾ ਲਏ, ਅੱਲਾ ਬਣਾ ਲਏ, ਸੇਬ ਖਾ ਕੇ ਗੁਜ਼ਾਰਾ ਕਰਦਾ। ਭਾਬੀ ਵੀ ਹੱਦ ਹੀ ਕਰਦੀ ਹੈ। ਕੀ ਗੱਲ ਆ? ਭਾਬੀ ਉਹ ਬਣਾਈ ਦਾਲ ਜੀ ਖੱਟੀ ਜੀ ਕਿ ਬਿਮਾਰਾਂ ਵਾਲੀ। ਦੱਸ, ਮੈਂ ਆਪ ਹੀ ਉਹਨੂੰ ਆਖਿਆ ਸੀ ਵੀ ਦਾਲ ਬਣਾ ਲਾ ਚੱਲ ਅੱਜ। ਮੰਮੀ ਤੁਸੀਂ ਹੱਦ ਹੀ ਕਰਦੀ, ਫਿਰ ਬੰਦਾ ਸਬਜ਼ੀ ਬਣਾ ਲਏ ਕੋਈ। ਹਾਂ ਹਰੀ ਸਬਜ਼ੀਆਂ ਇੰਨੀਆਂ, ਕਰੇਲੇ ਬਣਾ ਲਏ, ਕੱਦੂ ਬਣਾ ਲਏ, ਤੋਰੀਆਂ ਬਣਾ ਲਏ, ਅੱਲਾਂ ਬਣਾ ਲਏ। ਦੱਸ, ਔਰ ਤੂੰ ਵੀ ਕਹਿੰਦਾ ਵਾ ਵੀ ਮੇਰਾ ਵਿਆਹ ਹੋ ਜਾਏ ਤੇ ਮੈਂ ਵੰਨ ਸੋਨੀਆਂ ਮੇਰੀ ਬਹੁਤੀ ਚੀਜ਼ਾਂ ਬਣਾ ਬਣਾ ਕੇ ਦਵੇ ਮੈਨੂੰ। ਦੇਰ ਤਾਂ ਮੰਮੀ ਕਰਦਾ ਹੀ ਆ ਫਿਰ, ਹਾਂ ਪਰ ਜਿੱਥੇ ਤੁਸੀਂ ਕਰਨ ਡੇ ਹੋ ਉਹ ਤਾਂ ਮੈਨੂੰ ਵੀ ਕਹਿੰਦੀ ਹੈ। ਵੀਰ ਕਹਿੰਦੀ ਆ, ਆਹੋ ਮੈਂ ਵੇਖੀ ਕੁੜੀ ਉਹੋ ਹੀ ਮੇਰੇ ਪਸੰਦ ਵਾ ਕੁੜੀ ਉਹ। ਉਹਦੇ ਮੈਂ ਨਹੀਂ ਨਾ ਪਸੰਦ ਹੈਗਾ, ਕਿਉਂ ਕੀ ਗੱਲ? ਉਹਦੀ ਆਕੜੀ ਬੜੀ ਆ ਤੇ। ਆਹੋ ਆਕੜ ਬੜੀ ਆ ਤੇ ਉਹਦੀ, ਹੋਰ ਨਹੀਂ ਆਕੜ ਹੈਗੀ ਆ ਮੈਨਾਂ ਤੂੰ ਏਦਾਂ। ਹਾਂ ਮੈਂ ਕੀਤੀ ਗੱਲ ਫੋਨ ਤੇ, ਹਾਂ ਤੇ ਕੀ ਉਹ ਆਂਦੀ ਤੂੰ ਸੁੱਖ ਨੂੰ, ਪਹਿਲਾਂ ਕਰ ਲਈ ਮੇਰੇ ਨੂੰ? ਉਹ ਸੁੱਖ ਨੂੰ ਫੋਨ ਆਉਣ ਡਿਆ, ਮੈਨੂੰ ਸ਼ੱਕ ਜਿਹਾ ਪਿਆ ਆਪਣੇ ਕਿਹਦਾ ਗੱਲ ਕਰਨ ਡਈ ਆ। ਅੱਛਾ ਤੇ ਮੈਂ ਫੜ ਲਿਆ ਫੋਨ, ਉਹ ਕਹਿੰਦੀ ਵੀਰ ਜੀ ਸਤਿ ਸ਼੍ਰੀ ਅਕਾਲ। ਮੈਂ ਚੰਗਾ ਲੈ, ਮੈਂ ਘਰ ਦੇ ਰਿਸ਼ਤਾ ਵਹਿੰਦੇ ਫਿਰਦੀ ਹੈ, ਤੂੰ ਵੀਰ ਕਹੀ ਆ। ਚੱਲ ਪਹਿਲਾਂ ਪਹਿਲਾਂ ਏਦਾਂ ਹੀ ਹੁੰਦਾ ਵਾ ਕਿ ਸਹੇਲੀਆਂ ਚ ਹੋਈਆਂ ਉਹ, ਤੇ ਮੈਂ ਵੀਰ ਹੀ ਆਖਣਾ ਹੈ। ਤੇ ਉਹਨੂੰ ਸੁੱਖ ਨੇ ਗੱਲ ਕੀਤੀ ਥੋੜ੍ਹੀ ਬਹੁਤ ਰਿਸ਼ਤਾ ਕਰਨਾ ਭਰਾ ਨੂੰ, ਕੀ ਉਹਨੇ ਵੀਰ ਪਤਾ ਕਹਿਣਾ ਸੀ। ਨਹੀਂ ਉਹਨੇ ਕੀਤੀ ਕਿ ਕੀਤਾ ਨਹੀਂ ਕੀਤੀ ਮੈਨੂੰ ਹੁਣ ਇਸ ਗੱਲ ਮੈਂ ਦਾ ਵੀ ਪਤਾ ਕਹਿ ਨਹੀਂ। ਤਾ ਮੈਂ ਮੇਰੇ ਨਹੀਂ ਪਸੰਦ ਆ ਗਈ ਤੂੰ। ਲੈ ਦੱਸ, ਮੇਰੇ ਤਾਂ ਕੁੜੀ ਬੜੀ ਪਸੰਦ ਆ। ਬਹੁਤ ਪਸੰਦ ਆ ਗਏ, ਸੁੱਖ ਜੀ ਮੋਟੀ ਜੀ ਹੈਗੀ ਸੁੱਖ ਨੂੰ। ਤੇ ਫੇਰ ਕੀ ਆਪਣੀ ਸੁੱਖ ਨਹੀਂ ਮੋਟੀ? ਤੂੰ ਅੱਜ ਫੇਰ ਸੇ ਫੜ ਲਿਆ? ਤੇ ਭਾਬੀ ਕੀ ਕਰਾਂ, ਉਹ ਕੀ ਬਣਾਇਆ? ਕੀ ਬਣਾਇਆ? ਦਾਲ ਬਣਾਈ ਮਸਲਾ? ਬਿਮਾਰਾਂ ਦੀ ਸਬਜ਼ੀ ਆ ਉਹ ਭਰਾਵਾ, ਬਰਾਂ ਬਿਮਾਰ ਹੀ ਖਾਂਦੇ ਆ, ਚੰਗੇ ਬੰਦੇ ਨਹੀਂ ਖਾ ਸਕਦੇ। ਜੇ ਇਹੋ ਕਿਤੇ ਪਹਿਲਾਂ ਹਲਕਾ ਫੁਲਕਾ ਖਾਧਾ ਹੋਵੇ ਨਾ ਲੋਕਾਂ ਨੇ, ਤੇ ਇਹੋ ਮੁੜ ਕੇ ਸਰੀਰ ਸਹੀ ਰਵੇ, ਤੇ ਮੁੜ ਕੇ ਬਿਮਾਰਾਂ ਵਾਲਾ ਖਾਣਾ ਬੰਦੇ ਨੂੰ ਖਾਣੇ ਨਾ ਪਵੇ। ਨੋਰਮਲ ਸਬਜ਼ੀ ਬਣਾ ਕੇ ਖਾਣੀ ਚਾਹੀਦੀ ਹੈ। ਜਦੋਂ ਬਿਮਾਰ ਹਨ ਉਦੋਂ ਤਾਂ ਖਾਣਾ, ਜਦੋਂ ਬੰਦਾ ਠੀਕ ਹੈ ਉਦੋਂ ਚੰਗਾ ਖਾਏ। ਸੋਕਾ ਜੀ ਸੋਹਣੀ ਲੱਗਣ ਨਹੀਂ ਦਿੰਦਾ। ਸੋਹਣੀ ਲੱਗਣ ਨਹੀਂ ਹੈ ਭਾਬੀ, ਜਿਹੜਾ ਸੂਟ ਪਾ ਕੇ ਆਉਣੀ ਨਹੀਂ ਦਿੰਦੀ। ਮੈਂ ਤਾਂ ਧੱਕੇ ਨਾ ਪਾ ਕੇ ਲਿਆਈ, ਕਹਿੰਦੀ ਕੱਲ ਨੂੰ ਕਿਤੇ ਕੋਈ ਪ੍ਰੋਗਰਾਮ ਹੋਇਆ, ਕੋਈ ਫੰਕਸ਼ਨ ਵਗੈਰਾ ਹੋਇਆ ਤੇ ਫਿਰ ਕਿਹੜਾ ਪਾ ਕੇ ਜਾਏਂਗੀ? ਕਿਉਂ ਹੋਰ ਸੂਟ ਹੈ ਨਹੀਂ? ਨਹੀਂ ਪ੍ਰੋਗਰਾਮ ਵਾਸਤੇ ਸਵਾਇਆ ਹੀ, ਮੈਂ ਤਾਂ ਸੋਹਣਾ ਲੱਗਣ ਡਿਆ। ਆਹੋ ਸੋਹਣਾ ਲੱਗਣਾ, ਮੈਂ ਸੂਟ ਲੈਦਾ ਨਹੀਂ ਤੇ ਕੋਈ? ਨਹੀਂ, ਬਸ ਤੁਹਾਡੇ ਗਲੀ ਜੋੜੇ ਹੱਥ ਜਿਹੜੇ ਅੱਗੇ ਤੁਸੀਂ ਰਿੰਗ ਦਿੱਤੀ ਆ ਨਾ, ਉਹਨੇ ਹੀ ਬੜੇ ਸਿਆਪੇ ਪਾਏ ਜੇ। ਸੱਚ ਰਿੰਗ ਕਿੱਥੇ ਤੂੰ ਪਾਈ ਕਿਉਂ ਨਹੀਂ ਆ? ਮੈਂ ਤਾਂ ਰਿੰਗ ਲੁਕਾ ਕੇ ਰੱਖੀ ਆ ਘਰ, ਭਾਬੀ ਦੇ ਡਰ ਤੋਂ, ਭਾਬੀਆਂ ਦੀ ਮੈਨੂੰ ਦੇ ਦੇ ਮੈਂ ਹੱਥ 'ਚ ਪਾਣਾ। ਪਹਿਲਾਂ ਉਹਨੇ ਇੰਨੀ ਪਿਛਣਾ ਪਿਛਣਾ ਕੀਤੀ ਨਾ ਮੈਨੂੰ, ਕਿੱਥੋਂ ਆਈ ਕਿੰਨੇ ਨੇ, ਪਹਿਲਾਂ ਤਾਂ ਮੈਂ ਘਰ ਜਾਂਦੇ ਸਾਲ ਪਹਿਲਾਂ ਮੈਨੂੰ ਮੰਨੇ ਨਹੀਂ ਦਿੰਦੇ, ਖਿਲਾਰ ਦਿਆ ਉਹ ਮੇਰੇ ਦੁਆਲੇ ਹੋ ਗਿਆ, ਇੰਨੇ ਛਾਪਾ ਛੱਲੇ ਪਾਏ ਇਹਨਾਂ ਨੂੰ ਲਾ। ਉਹਦੇ ਕੋਲ ਪੈਸੇ ਬਚਾ ਕੇ ਅੰਦਰ ਗਈ, ਅੰਦਰ ਭਾਬੀ ਦੁਆਲੇ ਹੋ ਗਈ। ਤੁਹਾਨੂੰ ਪਤਾ ਮੇਰੀ ਭਾਬੀ CID ਆ, ਪੂਰੀ CID। ਤੇ ਭਾਬੀ ਨੂੰ ਕਿਹੜੀ ਗੱਲ ਆ, ਉਦਾਂ ਕਹਿਣ ਨਹੀਂ ਵੀ ਆ ਮੈਂ ਬਾਜ਼ਾਰ ਚੋਂ ਲਈ ਆ ਜਾਂ ਮੇਰੀ ਕੋਈ ਫਰੈਂਡ ਦੀ ਆ। ਆਹੋ ਤੇ ਉਹਦਾ ਤਾਂ ਬਾਅਦ ਦਿਲ ਆ ਗਿਆ ਸੀ ਉੱਤੇ, ਉਹ ਤਾਂ ਮੈਨੂੰ ਕਹਿੰਦੀ ਸੀ ਤੇ ਮੈਂ ਪਾਣੀ ਨਹੀਂ, ਮਹਾਂ ਉਤੋਂ ਬਚਾਈ ਆ ਮੈਂ, ਹੁਣ ਨਾ ਕੋਈ ਗਿਫਟ ਗਫਟ ਦਿਓ ਤੇ ਨਾ ਗਿਫਟ ਦਾ ਸੋਚਿਓ, ਮੇਰੀ ਤਾਂ ਜਾਨ ਤੇ ਬਣ ਜਾਂਦੀ ਆ, ਪਤਾ ਕਿੰਨੀ ਮੁਸ਼ਕਲ ਮੈਂ ਬਚਾ ਕਰਦੀ ਆ ਆਪਣਾ, ਮੈਨੂੰ ਪਤਾ ਨਾ ਕਿੱਦਾਂ ਬਚਾ ਕੀਤਾ ਉੱਥੇ। ਇੱਕ ਰਿੰਗ ਤੋਂ ਵੀ ਏਡਾ ਵੱਡਾ ਮਸਲਾ ਬਣ ਗਿਆ, ਤੁਹਾਨੂੰ ਨਹੀਂ ਨਾ ਪਤਾ, ਉਹੀ ਕਹਿੰਦੇ ਹੁੰਦੇ ਨਾ ਜਿਹੜਾ ਰਾਹ ਪਿਆ ਜਾਣੇ ਤੇ ਜਿਹੜਾ ਵਾਹ ਪਿਆ ਜਾਣੇ, ਭਾਬੀ ਮੇਰੀ ਮੈਨੂੰ ਹੀ ਪਤਾ ਵਾ, ਪਲੀਜ਼ ਵੇਖ ਲਓ ਹੁਣ ਨਾ ਕੋਈ ਗਿਫਟ ਲਿਆ। ਚੱਲ ਅੱਛਾ ਬਾਬਾ ਨਹੀਂ ਦੇਣਾ, ਬਸ ਤੁਹਾਨੂੰ ਮੈਂ ਇੱਕ ਗੱਲ ਵੀ ਦੱਸਣੀ ਸੀ। ਹਾਂ
ਹੁਣ ਤੀਆਂ ਗਿਫਟ ਗੁਫਟ ਰਹਿਣ ਦੋ ਤੇ ਸਿੱਧੇ ਹੁਣ ਆਪਣੇ ਵਿਆਹ ਦੀ ਗੱਲ ਕਰੋ। ਤੁਹਾਨੂੰ ਕੋਈ ਲੱਭੋ ਵਿਚੋਲਾ ਵਿਚਾਲਾ। ਵਿਆਹ ਦੀ ਵੀ ਕਰ ਲੈਣੇ ਵਿਚੋਲਾ ਮਨਪ੍ਰੀਤ ਪਾ ਲੈਣੇ। ਤੁਹਾਨੂੰ ਸੱਚ ਮੈਂ ਮਨਪ੍ਰੀਤ ਦੀ ਗੱਲ ਦੱਸਣੀ ਸੀ। ਉਹਦੀ ਤੇ ਮੇਰੇ ਭਰਾ ਨਾਲ ਗੱਲ ਚੱਲਣ ਡਈ ਆ ਮੰਨੇ ਨਾਲ, ਉਹਦੇ ਰਿਸ਼ਤੇ ਬਾਰੇ ਡਏ ਆ ਵੀ ਉਹਨੂੰ ਮੈਂ ਆਪਣੀ ਭਾਬੀ ਬਣਾਉਣਾ। ਚੱਲ ਚੰਗੀ ਗੱਲ ਹੈ, ਜੇ ਉਹ ਦੋਵਾਂ ਚਾਰਾਂ ਮਹੀਨਿਆਂ ਤੱਕ ਤੇਰੀ ਭਾਬੀ ਬਣ ਜਾਂਦੀ ਤਾਂ ਆਪੇ ਉਹ ਕਰਵਾ ਦੂੰਗੀ ਤੇਰਾ ਰਿਸ਼ਤਾ ਮੇਰੇ। ਉਦੋਂ ਤੇ ਇਹੋ ਜਿਹੀ ਦਾਲ ਖਾਏ ਪਹਿਲਾਂ, ਮੈਂ ਕਹਿੰਦੀ ਬਾਅਦ ਚ ਖਾਣ ਦਾ ਫਿਰ ਬਾਅਦ ਚ ਸਵਾਦ ਨਹੀਂ ਆਉਂਦਾ, ਪਹਿਲਾਂ ਪਹਿਲਾਂ ਖਾਣੀ ਚਾਹੀਦੀ ਆ। ਭਾਬੀ ਤੈਨੂੰ ਬਹਾਨੇ ਚਾਹੀਦੇ ਬਸ ਕੇ ਬਹਾਨੇਗਾ ਤੇ ਚੱਲ ਕੋਈ ਨਾ, ਸੌਖੀ ਜੀ ਸੌਖੀ ਜੀ ਬਣ ਜਾਂਦੀ ਆ, ਪਾਓ ਪਾਣੀ ਵਿੱਚ ਝਟ ਬਣ ਜਾਂਦੀ ਆ। ਹਾਂ ਤੇਰੀ ਗੱਲ ਬਿਲਕੁਲ ਸਹੀ ਆ, ਬਣਦੀ ਤੇ ਸੌਖੀ ਆ, ਬਣਦੀ ਤੇ ਸੌਖੀ। ਚੱਲ ਮੈਂ ਹੀ ਆਖਿਆ ਸੀ ਇਹਨੂੰ ਦਾਲ ਬਣਾ ਲਾ, ਹਫਤੇ ਦੇ ਵਿੱਚ ਦੋ ਦਿਨ ਤੇ ਘਰ ਰੋਟੀ ਖਾਣੀ ਹੁੰਦੀ ਆ, ਬਾਕੀ ਤੇ ਬਾਹਰੋਂ ਖਾਂਦਾ ਰਹਿੰਦਾ ਤੇ ਫਿਰ ਆ ਤੇ ਘਰ ਦਾਲ ਹੀ ਖਾਣੀ ਮੈਂ। ਫਿਰ ਉਹ ਕਰ ਲੋਗੀ ਨਾ ਹਫਤੇ 'ਚ ਜਿੱਦਣ ਤੂੰ ਘਰ ਰਹਿੰਦਾ ਵਾ, ਉਹ ਮਹਾ ਉਦੋਂ ਫਿਰ ਵਾਲੀ ਆਉਂਦੀ ਦਾਲ, ਉਦੋਂ ਨੂੰ ਦਾਲ ਦੀ ਆ ਜਾਂਦੀ ਆ। ਨਾਲੇ ਕੀ ਕਹਿਣਾ ਇਹ ਮਨਪ੍ਰੀਤ ਨਾਲ ਮੈਂ ਰਿਸ਼ਤਾ ਨਹੀਂ ਕਰਨਾ, ਕਿਉਂ ਨਹੀਂ ਕਰਨਾ? ਆਂਦਾ ਮੋਰੀ ਆਖਰ ਬੜੀ ਆ ਕਹਿੰਦੀ ਵੀ ਕੀ ਅਸੀਂ ਕਾਲ ਮੈਂ ਕੋਈ ਵੀ ਨੀ ਕੀਤੀ। ਉਸ ਤਰ੍ਹਾਂ ਉਹਦਾ ਮਾਂ ਪਿਓ ਆਂਦਾ ਹੈਗਾ ਵੀ ਅਸੀਂ ਮੰਗ ਦੇਣੀ ਆ ਮਨਪ੍ਰੀਤ, ਮੰਗ ਪਾਏ ਹੋਰ ਕਿਤੇ ਦੇਣੋ, ਐਵੇਂ ਮੰਗ ਦੇਣਗੇ? ਮੈਂ ਆਖਿਆ ਰਘਬੀਰ ਨਾਲ ਗੱਲ ਕੀਤੀ ਆ, ਵੀ ਤੂੰ ਯਾਰ ਕਰਕੇ ਆ ਗੱਲ, ਰਘਬੀਰ ਨਾਲ ਕਿਹਾ ਵੀ ਕੋਈ ਵਿਚੋਲਾ ਪਾ ਕੇ ਤੇ ਆਪਾਂ ਇਹ ਗੱਲ ਤੋਰੀਏ ਬੰਨੇ ਵਾਸਤੇ। ਮੈਂ ਬਰਾ ਚੰਗੀ ਲੱਗਦੀ ਗੱਲਾਂ ਕਰਦੀ, ਮੰਮੀ ਆਪੇ ਘਰ ਆਉਗੀ ਫੇਰ ਮੰਮੀ ਭੁਲਾ ਦਾਂਗੇ। ਕੋਈ ਨਹੀਂ ਅਸੀਂ ਕਰ ਲਾਂਗੇ ਆਪੇ ਗੱਲ, ਮੈਂ ਤਾਂ ਰਘਬੀਰ ਨਾਲ ਮੇਰਾ ਤੁਸੀਂ ਕਰ ਦੇਣਾ ਦੇ ਬੁੱਢਾ, ਆਹ ਬੁੱਢਾ ਕਰ ਦੇਣਾ ਤੈਨੂੰ, ਮੈਨੂੰ ਕਰ ਦਿਓ ਮੇਰਾ ਫੇਰ ਨਾ, ਚਾਰ ਮਾਨ ਕਰਿਆ ਕਰ ਚੱਜ ਨਾਲ ਬੋਲਿਆ ਕਰ। ਨਾਲੇ ਸਾਡੀ ਕਿੰਨੀ ਕੁ ਉਮਰ ਦਾ ਹੋਇਆ? ਉਮਰ ਬਥੇਰੀ ਹੋ ਗਈ, 35 ਸਾਲ ਹੋ ਗਈ ਆ। ਬਹੁਤ ਹੋ ਗਈ ਕਿ 35 ਸਾਲ, 35 ਸਾਲ ਸੁੱਤਿਆ ਹੋ ਗਈ ਆ। ਤੋ ਅੱਧੀਆਂ ਨਹੀਂ ਤੈਨੂੰ ਲੱਗਾ ਹੈਗਾ? ਬਲਜੀਤ ਨਿਆਣਿਆਂ ਵਾਲੀਆਂ ਮਾਰਦਾ, ਮੈਂ ਤਾਂ ਰਘਬੀਰ ਜਾਵਾਂਗੇ ਤੇ ਉਹਦੇ ਮਾਂ ਪਿਓ ਨਾਲ ਗੱਲ ਕਰਕੇ ਆਵਾਂਗੇ। 35 ਸਾਲਾਂ ਦਾ ਤੇ ਆਪੇ ਲੱਗਣਾ, ਜਦੋਂ ਕੋਈ ਕੰਮ ਨਹੀਂ ਕਰਨਾ, ਅੰਦਰ ਬਹਿ ਕੇ ਖਾਈ ਜਾਣਾ, ਕਿਤੇ ਜਿਮ ਨੀ ਜਾਣਾ, ਕਿਤੇ ਕੋਹ ਨੀ ਜਾਣਾ। ਲੋਕੀ ਤਾਂ ਲੋਕਾਂ ਦੇ ਮੁੰਡੇ ਤੇ 18 ਸਾਲਾਂ ਤੋਂ ਬਾਅਦ ਉਸ ਵੇਲੇ ਜਿਮ ਲਾ ਲੈਂਦੇ ਆ। ਜਿਮ ਲਾ ਲਓ ਇੱਥੇ ਲਵਾ ਕੁੱਤੀ। ਅਸਲੀ ਉਮਰ ਤੇ ਭਰਾਵਾ 29 30 31 32 ਸਾਲ ਹੀ ਆ ਮੁੰਡਿਆਂ ਦੀ, ਤੇ ਕੁੜੀਆਂ ਦੀ 26 27। ਪੜ੍ਹ ਲੈ ਕੇ ਬੰਦਾ ਫੇਰ ਕਿਤੇ ਕਾਮਯਾਬ ਹੋ ਗਿਆ ਤੇ ਫੇਰ ਵਿਆਹ ਕਰਾਉਣਾ ਚਾਹੀਦਾ ਬੰਦੇ ਨੂੰ, ਤੇ ਤੇਰੇ ਵਰਗੇ ਨੇ ਤੇ ਬਸ ਬੈਠੇ ਰਹਿਣਾ ਅੰਦਰ, ਅੰਦਰੋਂ ਬਾਹਰ ਦੋਸਤਾਂ ਦੇ ਨਾਲ ਹੋਟਲਾਂ ਤੇ ਖਾਈ ਪੀ ਜਾਣਾ ਤੇ ਢਿੱਡ ਵੇ ਕਿੱਧਰ ਨੂੰ ਜਾਣ ਡਿਆ। ਆਹ ਢਿੱਡ ਇਦਾਂ ਹੀ ਆ ਨਾ, ਫਿਰ ਟੈਲੀਫੋਨ ਕਰਦਾ ਕੰਮ ਨਹੀਂ, ਕੰਮ ਤੇ ਜਦੋਂ ਘਰ ਆਉਂਦਾ ਉਦੋਂ ਤੇ ਬਥੇਰਾ ਭਰਾਵੇ ਦੇ ਨਾਲ ਕਰਦਾ ਤਾਂ ਵੀਰ ਦੇ ਹੈਗਾ, ਪਰ ਉਹਨਾਂ ਜਾਣ ਤੋਂ ਮਿਹਨਤ ਨਹੀਂ ਨਾ ਕਰਦਾ। ਉਹਨੂੰ ਮੈਂ ਆਪਣੀ ਭਾਬੀ ਬਣਾਉਣਾ ਤੇ ਚੱਲ ਚੰਗੀ ਗੱਲ ਹੈ, ਜੇ ਉਹ ਦੋਵਾਂ ਚਾਰਾਂ ਮਹੀਨਿਆਂ ਤੱਕ ਤੇਰੀ ਭਾਬੀ ਬਣ ਜਾਂਦੀ ਤੇ ਆਪੇ ਉਹ ਕਰਵਾ ਦੂੰਗੀ ਤੇਰਾ ਰਿਸ਼ਤਾ ਮੇਰੇ। ਸੱਚ ਸਹੀ ਗੱਲ ਦਾ ਆਹ ਵੀ ਚੀਜ਼ ਮੈਂ ਸੋਚੀ ਨਹੀਂ, ਜੇ ਉਹ ਸਾਡੇ ਘਰ ਆ ਗਈ ਆ ਜੂਗੀ ਤੇ ਮੈਂ ਤੁਹਾਨੂੰ ਕਿਤੇ ਪਾ ਲੈਣ ਦੀ ਵੀ ਲੋੜ ਨਹੀਂ। ਆਹੋ ਫੇਰ ਤੇ ਟੈਨਸ਼ਨ ਦੀ ਵੀ ਨਹੀਂ ਕੋਈ ਲੋੜ, ਵਾਕੇ ਵੀ ਅੱਤੇ ਸਿੱਧਾ ਹੀ ਉਹਨੇ ਨਾ ਰਿਸ਼ਤਾ ਹੀ ਸਾਡਾ ਕਰਾ ਦੇਣਾ, ਸਾਨੂੰ ਤਾਂ ਕੋਈ ਇੰਨਾ ਅਫਸੋਸ ਵੀ ਨਹੀਂ ਹੋਣਾ। ਮੈਂ ਤੇ ਕਹਿੰਦੇ ਆ ਵਧੀਆ ਗੱਲ ਐ, ਸੋ ਇਹ ਗੱਲ ਮੇਰੇ ਦਿਮਾਗ 'ਚ ਕਿੱਦਾਂ ਨਹੀਂ ਆਈ? ਤੇ ਲਿਆਉਣੀ ਚਾਹੀਦੀ ਕਿ ਤੂੰ ਸੋਚਦੀ ਘੱਟ ਐ, ਮੈਂ ਜਾਂ ਸੋਚਿਆ ਵੀ ਨਹੀਂ ਬੈ ਕੇ ਝਾੜੀ ਮੇਰੀ ਜਮਾਨ ਤੇ ਆ ਗਈ ਝਾੜੀ। ਸਹੀ ਗੱਲ ਵਧੀਆ, ਪਰ ਮੈਂ ਇੱਕ ਵਾਰੀ ਤੁਹਾਨੂੰ ਫੇਰ ਕੀ ਨਹੀਂ ਬੋਲਣਾ, ਜੇ ਤੱਕ ਆਪਣਾ ਵਿਆਹ ਨਹੀਂ ਨਾ ਹੁੰਦਾ ਮੇਰੇ ਵਾਸਤੇ ਕੁਝ ਨਹੀਂ ਰਹਿੰਦਾ ਨਾ ਸੋਚੀ। ਉਹ ਮੈਂ ਕਹਿਤਾ ਤੈਨੂੰ ਨਹੀਂ ਗੰਨਾ ਕੋਈ ਚੀਜ਼। ਦੂਜੀ ਗੱਲ ਇਹ ਵੀ ਮੈਨੂੰ ਫੋਨ ਵੀ ਨਾ ਕਰਿਓ ਜਿੰਨਾ ਤੱਕ ਮੈਂ ਨਾ ਕਰਾਂ, ਬਹੁਤ ਸਿਆਪੇ ਚੱਲਣ ਦੇ। ਭਾਬੀ ਦਾ ਨਾ ਪੂਰਾ ਸ਼ੱਕ ਆ ਮੇਰੇ ਤੇ, ਉਹਨੂੰ ਬਹੁਤ ਸ਼ੱਕ ਆ ਮੇਰੇ ਤੇ, ਮਹਾ ਬਚਣ ਨਹੀਂ ਹੈ। ਚੱਲ ਕੋਈ ਗੱਲ ਨਹੀਂ, ਹੁਣ ਟੈਨਸ਼ਨ ਨਾ ਲੈ ਲੈ, ਤੂੰ ਹਰ ਵੇਲੇ ਇਹੋ ਗੱਲ ਨਾ ਸੋਚਦੀ ਰਿਹਾ ਕਰ, ਕਿਤੇ ਬਿਮਾਰ ਬਮੂਰ ਨਾ ਹੋ ਜੀ। ਬਿਮਾਰ ਤੇ ਨਹੀਂ, ਪਰ ਤੁਹਾਨੂੰ ਲੱਗਦਾ ਨਾ ਮੈਂ ਟੈਨਸ਼ਨ ਨਾ ਲਾ, ਮੈਂ ਤਾਂ ਟੈਨਸ਼ਨ ਵਾਲੀ ਗੱਲ ਨਹੀਂ ਹੈ, ਮੈਨੂੰ ਪਤਾ ਕਿੰਨੀ ਟੈਨਸ਼ਨ ਵਾਲੀ ਗੱਲ। ਉਹ ਚੱਲ ਤੂੰ ਟੈਨਸ਼ਨ ਨਾ ਲਿਆ ਕਰ।
ਚਲੋ ਕੋਈ ਨਾ, ਨਹੀਂ ਲੈਂਦੀ ਟੈਨਸ਼ਨ, ਚਲੀਏ ਫਿਰ ਹੁਣ ਆਪਾਂ ਖਾ ਪੀ ਤੇ ਲਿਆ ਹੀ ਆ। ਚਲ ਫਿਰ ਚਲੋ ਮੈਂ ਪੀਣਾ ਫਿਰ ਚਲੋ ਚਲੀ। ਭਾਬੀ ਤੈਨੂੰ ਨੀ ਮੇਰਾ ਕੰਮ ਦੇਣਾ, ਤੈਨੂੰ ਬਸ ਵੀਰ ਦਾ ਕੰਮ ਦੇਖਣਾ। ਮੰਮੀ ਲਿਆ ਮੇਰੇ ਨਾਲ ਦੀ, ਜਦੋਂ ਮੈਂ ਕੰਮ ਕੀਤਾ ਨਾ ਮਾੜਾ ਮੋਟਾ ਹੀ, ਉਹਨੇ ਵੀ ਦੱਸਿਆ ਕਹਿੰਦਾ ਬਾਅਦ ਵੱਧ ਚੜ ਕੇ ਮੇਰਾ ਨਾਲ ਦਾ ਕੰਮ ਕਰਦਾ ਵਾ। ਲੈ ਸੁੱਖ ਵੀ ਚਲ ਗਈ ਆ ਤੇ ਉਹਦੇ ਕੋਲ ਨੰਬਰ ਹੀ ਲੈ ਲੈਂਦੀਆਂ ਆਪਣੇ ਬਲਜੀਤ। ਮੰਮੀ ਸੁੱਖ ਕਿਹੜੀ ਪੱਗੀ ਚਲ ਗਈ ਆ, ਉਹਨੇ ਆ ਹੀ ਜਾਣਾ ਸ਼ਾਮਾਂ ਨੂੰ, ਉਹਦੇ ਕੋਲ ਨੰਬਰ ਲੈ ਕੇ ਨਾ ਤੇ ਫਿਰ ਕਰ ਲਾਂਗੇ ਗੱਲ। ਐਵੇਂ ਗਲਤੀ ਹੋ ਗਈ, ਕਿੰਨੀ ਵਾਰ ਪਤਾ ਤਾਂ ਹੈਗਾ ਵਾ ਵੀ ਉਹ ਸਹੇਲੀ ਤੇ ਆਪਣੇ ਕੋਲ ਵੀ ਬੰਦਾ ਨੰਬਰ ਰੱਖ ਲੈਂਦਾ, ਕੇਵਲ ਦੁਪਹਿਰੇ ਗੱਲ ਕਰ ਲਈ ਚੰਗੀ ਹੁੰਦੀ, ਸ਼ਾਮਾਂ ਨੂੰ ਨੀ ਕਰੀਦੀ ਹੁੰਦੀ। ਉਹਦੇ ਮਾਂ ਪਿਓ ਨਾਲ, ਉਹਦੇ ਮਾਂ ਪਿਓ ਨਾਲ ਕਰਦੇ ਆ ਗੱਲ, ਸ਼ਾਮਾਂ ਦੀ ਸਰਾਹ ਜਿਹੜੀ ਪਰੇ ਨੀ ਚੜਦੀ। ਤੈਨੂੰ ਬੜਾ ਬੜਾ ਸਿਆਣਾ ਵਾ ਤੂੰ, ਵੇਖ ਕਿੰਨਾ ਕਾਲਾ ਵਾ ਆਪਣੇ ਫੋਨ ਤੋਂ। ਚੱਲ ਖਾ ਲਾ ਰੋਟੀ ਤੇ ਸੇ, ਚੱਲ ਰੱਖ ਲਾ ਮਗਰੋਂ ਖਾ ਲਈ, ਬਾਅਦ ਚ ਖਾ ਲਈ ਰੋਟੀ ਦੇ ਮਗਰੋਂ ਖਾ ਲਈ ਨਾ। ਮੈਂ ਦੁੱਧ ਚਾਰ ਨਾ ਖਾ ਲਈ ਨਾ। ਨਹੀਂ ਦਾਲ ਖਾਣੀ ਫਿਰ? ਨਹੀਂ ਦਾਲ ਨਹੀਂ ਖਾਣੀ ਮੈਂ, ਤੇ ਹੋਰ ਕੁਛ ਬਣਾ ਲੈਨੇ ਆ। ਓ ਰਹਿਣ ਦੋ ਹੁਣ। ਚੱਲ ਚੰਗਾ ਫਿਰ ਤੇਰੀ ਮਰਜ਼ੀ। ਕਿਹੜੀਆਂ ਸੋਚਾਂ ਚ ਡੁੱਬੇ ਆ, ਕੀ ਗੱਲ ਵਾ? ਨਹੀਂ ਸੋਚਾਂ ਤੇ ਕੋਈ ਨਹੀਂ, ਇੰਨੀਆਂ ਲੰਮੀਆਂ ਡੁੱਬਾਂ। ਹਾਂ ਮੈਂ ਲੱਗਾ ਸੀ ਤੈਨੂੰ ਆਜ ਮਨ, ਮੈਂ ਤਾਂ ਕੰਮ ਕੁੰਮ ਕਰਕੇ ਉਹਨੇ ਆਪੇ ਇੱਥੇ ਆ ਜਾਣਾ। ਉਹ ਮੈਂ ਵੀ ਭਾਂਡੇ ਮਾਂਜਣ ਡਿਆ ਵੀ, ਮੈਂ ਇੱਕ ਵਾਰ ਰੋਟੀ ਖਾ ਕੇ ਬਹਿ ਜਾਈਏ ਤੇ ਮੁੜਕੇ ਨਹੀਂ ਮਾਂਜਣ ਜੀ ਕਰਨਾ, ਮੈਂ ਰਸੋਈ ਸਾਫ਼ ਕਰ ਲਿਆ, ਕੋਈ ਆ ਹੀ ਜਾਂਦਾ ਬੁਰਾ ਲੱਗਦਾ। ਆਹੋ ਤੇ ਮੈਂ ਗੱਲ ਤੈਨੂੰ ਲੱਗਾ ਸੀ ਇਹ ਦੱਸਣ ਵੀ ਮਨਪ੍ਰੀਤ ਵੀ ਕਾਲਜ ਗਈ ਆ ਤੇ ਗੁਰਯੋਧ ਵੀ ਗਿਆ। ਆਹੋ ਤੇ ਤੇਰੇ ਨਾਲ ਸਲਾਹ ਮੈਂ ਲੱਗਾ ਸੀ ਕਰਨ, ਇਹ ਵੀ ਧੀ ਦੇ ਆਪਾਂ ਕਦੇ ਮੰਗਣੀ ਲਿਆਉਣੀ ਆ। ਆਹੋ ਉਹ ਤਾਂ ਆਪ ਹੀ ਕਰੀ ਜਾਂ ਹਾਂ, ਜਵਾਨ ਹੋਈ ਆ ਤੇ ਜਦੋਂ ਕੋਈ ਚੰਗਾ ਲੱਗ ਗਿਆ ਕੋਈ ਰਿਸ਼ਤੇਦਾਰ ਤੇ ਆਪਾਂ ਕਰ ਦੇਣਾ। ਆਹੋ ਮੇਰਾ ਮਨ ਇਹ ਆ ਵੀ ਆਪਾਂ ਸੋਨਾ ਸਾਨਾ ਬਣਾਈਏ ਉਹਦਾ ਕੋਈ, ਉਹੇ ਮੌਕੇ ਤੇ ਆ ਵੀ ਸੋਨਾ ਪੈਸੇ ਹੋਣੇ ਚਾਹੀਦੇ ਆ, ਤੇ ਭਾਵੇਂ ਸਵੇਰੇ ਜਾਓ ਤੇ ਦੁਕਾਨਾਂ ਨੂੰ ਸਾਰੀਆਂ ਚੀਜ਼ਾਂ ਲੈ ਆਓ। ਬਿੰਦਰ ਉਦੋਂ ਇੱਕੇ ਦਮ ਹੀ ਉੱਤੇ ਭਾਰ ਪੈਂਦਾ ਹੁੰਦਾ ਬੰਦੇ ਦਾ, ਕਿਹੜੇ ਕਿਹੜੇ ਬੰਦੇ ਬੰਨੇ ਬੰਦਾ ਭੱਜੂਗਾ, ਤੇ ਆਪਣੇ ਕੋਲ ਜਿੰਨਾ ਕੁ ਬਜਟ ਹੈਗਾ ਵਾ ਉਸੇ ਹਿਸਾਬ ਨਾਲ ਉਹਦਾ ਬਣਾ ਬਣਾ ਰੱਖੀਏ। ਜਿਸ ਤਰ੍ਹਾਂ ਮੰਨ ਲਓ ਸਹੁਰੇ ਦੀ ਮਿਲਣੀ ਹੋ ਗਈ ਜਾਂ ਮੁੰਡੇ ਨੂੰ ਕੋਕੜਾ, ਤੁਹਾਡਾ ਕੜਾ ਹੈਗਾ, ਦੋ ਛਾਪਾਂ ਤੁਹਾਡੀਆਂ, ਹੋਰ ਸੋਨਾ ਲਿਆ ਕੋ ਕਿੰਨਾ ਪਿਆ। ਦਵਿੰਦਰ ਟੁੱਟ ਭੱਜ ਕਰਾਈਏ ਨਾ, ਉਹ ਘੱਟ ਜੀ ਜਾਈਦਾ ਵਾ। ਚਲੋ ਕੜਾ ਮੰਨ ਲਓ ਵੀ ਸਹੁਰੇ ਨੂੰ ਪਾ ਦਾਂਗੇ, ਤੇ ਜਿਹੜੀਆਂ ਛਾਪਾਂ ਮੈਂ ਰੱਖ ਛੱਡ ਕੇ ਰਿਹਾ ਵੇ ਕੰਮ ਆਉਣਗੀਆਂ, ਘੜੀਆਂ ਹੀ ਮੁੰਡਾ ਵਿਆਹ ਹੋਣਾ ਵਾ, ਮੁੰਡਾ ਵਿਆਹ ਉਦਾਂ ਵਾਸਤੇ ਰੱਖ ਲਾਂਗੇ, ਕਈ ਗੱਲਾਂ ਹੋ ਜਾਂਦੀਆਂ। ਤੇ ਟੁੱਟ ਭੱਜ ਨਾ ਕਰਾਈਏ, ਆਪਾਂ ਇਹ ਵੀ ਆਪਾਂ ਸੁਨਿਆਰੇ ਕੋਲ ਜਾਈਏ ਤੇ ਵੇਖੀਏ ਵੀ ਜਿਹੜਾ ਕੁੜੀ ਨੂੰ ਆਪਾਂ ਪਾਉਣਾ ਉਹ ਬਣਾਈਏ, ਜਿਹੜਾ ਮੁੰਡੇ ਨੂੰ ਉਹ ਪਾਉਣਾ, ਗੜੀ ਮਿਲਣੀਆਂ ਤੈਨੂੰ ਪਤਾ ਹੀ ਆ ਉਹ ਨਹੀਂ। ਆਹੋ ਰਿਵਾਜ ਦੇ ਹਿਸਾਬ ਨਾਲ ਤੇ ਜਿੱਦਾਂ ਦਾ ਹੁਣ ਲੱਗੂਗਾ ਉਦਾਂ ਦਾ ਤੇ ਕਰਨਾ ਹੀ ਪੈਣਾ, ਉਦਾਂ ਦਾ ਕਰਨਾ ਪੈਣਾ। ਆਹੋ ਉਦਾਂ ਦੇ ਰਿਵਾਜ ਸਾਰੇ ਹੁਣ ਹਟ ਗਏ ਆ, ਹੁਣ ਤੇ ਕੋਈ ਸੋਨਾ ਪਾਉਂਦਾ ਨਹੀਂ, ਕੋਈ ਦਾਜ ਲੈਂਦਾ ਨਹੀਂਗਾ, ਹੁਣ ਤੇ ਬੜਾ ਸਹੀ ਆ ਉਦਾਂ। ਮੈਂ ਤੇ ਇਹ ਗੱਲ ਕਹਿਣਾ ਵਾ ਵੀ ਜਦੋਂ ਮੈਂ ਮੁੰਡਾ ਵਿਆਹਣਾ ਆਪਾਂ ਦਾਜ ਨਹੀਂ ਗਾ ਲੈਣਾ, ਕੁਛ ਨਹੀਂ ਲੈਣਾ, ਪਰ ਇਹ ਆ ਵੀ ਮੈਂ ਧੀ ਵਿਆਹਣੀ ਆ ਤੇ ਮੈਂ ਕੋਨਾ ਕੋ ਦੇ ਆਪਣੇ ਵੱਲੋਂ ਤੇ ਫਰਜ਼ ਅਦਾ ਕਰੀਏ ਨਾ ਕੋਨਾ ਕੋ। ਜਿਸ ਤਰ੍ਹਾਂ ਮੰਨ ਲਓ
ਉਹਦੀਆਂ ਗਲੀ ਨਨਾਨਾਂ ਹੋਣੀਆਂ ਕੁੜੀ ਹਰੀ ਦੀਆਂ ਤੇ ਕੋਈ ਵਾਰੀ ਨਨਾਨ ਵਿਆਹ ਹੀ ਹੁੰਦੀ ਫਿਰ ਨਨਾਨ ਵਈਏ ਦੀ ਮਿਲਣੀ ਲੋਕੀ ਕਰਾਉਂਦੇ ਆ ਇਹ ਤੇ ਬੜੀ ਦੂਰ ਤੱਕ ਕੰਮ ਚੱਲ ਜਾਣਾ ਜੇ ਨਨਾਨਾ ਨਨਾਨ ਵਈਏ ਫਿਰ ਜੇਠ ਜਠਾਣੀਆਂ ਨਹੀਂ ਜੇਠ ਜਠਾਣੀਆਂ ਏਡੀ ਨੀ ਜਿਹੜਾ ਮੇਨ ਬੰਦਾ ਹੁੰਦਾ ਨਾ ਉਹ ਤੇ ਚੱਲ ਉਹਨਾਂ ਦਾ ਜਵਾਈ ਭਾਈ ਹੋਣਾ ਜਵਾਈ ਭਾਈ ਹੋਣਾ ਤੇ ਜਿਹੜਾ ਜੇਠ ਹੁੰਦਾ ਵਾ ਉਹ ਵੀ ਘਰ ਦਾ ਮੋਹਰੀ ਹੁੰਦਾ ਵਾ ਮੈਂ ਮੰਨਦਾ ਦਿੰਦਰ ਗੱਲ ਉਹਦੀ ਮੈਂ ਗੱਲ ਹੈਗੀ ਚਲੋ ਉਹ ਸਾਹ ਮੌਕਾ ਉਹ ਵੇਖਾਂਗੇ ਆਪਾਂ ਹੁਣ ਬਹਿਸਬਾਜ਼ੀ ਨਾ ਕਰੀ ਮੈਂ ਤੇਰੇ ਨਾਲ ਇਹੋ ਗੱਲ ਲੱਗਾ ਕਰਨ ਆਪਾਂ ਕੋਈ ਜਿੰਨਾ ਬੈਠਵਾ ਆਪਾਂ ਸੋਨਾ ਬਣਾ ਕੇ ਰੱਖ ਲਈਏ ਤੇ ਇੱਕ ਬੰਦੇ ਹੁਣ ਤੁਸੀਂ ਮਿਸਤਰੀ ਡਾਏ ਆ ਕਿੱਥੇ ਕਿੱਥੇ ਪੈਸਾ ਕਰੋਗੇ ਫਿਰ ਇੱਕ ਤਰ੍ਹਾਂ ਸਰ ਜੂਗਾ ਪੈਸੇ ਨਾਲ ਨਹੀਂ ਸਹੀ ਹੈ ਸਾਰੇ ਕੰਮ ਹੋਣੇ ਆ ਉਹ ਟਾਈਮ ਤੇ ਵਿਆਹ ਦੇ ਉੱਤੇ ਮਹਾਂ ਵਿਆਹ ਹੀ ਭੁਗਤਦਾ ਵਾ ਉਹ ਫਿਰ ਚੀਜ਼ਾਂ ਲੈਣ ਤੁਰ ਪਈਦਾ ਵਾ ਇਹ ਗੱਲ ਗਲਤ ਵਾ ਪਹਿਲਾਂ ਹੀ ਕੋਹ ਨਾ ਕੋ ਬਣਾ ਕੇ ਰੱਖੀ ਉਹ ਪਰ ਉਦਾਂ ਮਨਪ੍ਰੀਤ ਨੇ ਕਦੀ ਨਹੀਂ ਆਖਿਆ ਮੰਮੀ ਮੈਂ ਆਹ ਸੋਨਾ ਲੈਣਾ ਮੈਂ ਆਹ ਸੋਨਾ ਲੈਣਾ ਉਹ ਦੇਖੋ ਕਹਿੰਦੀ ਮੈਨੂੰ ਪੜ੍ਹਾਈ ਜਾਓ ਪੜ੍ਹਾਈ ਜਾਓ ਮੈਂ ਹੋਰ ਮੈਨੂੰ ਨੀ ਕੋਈ ਵੀ ਚਾਹੀਦਾ ਦੁੰਦਰ ਧੀਆਂ ਕਹਿੰਦੀਆਂ ਹੁੰਦੀਆਂ ਤੇ ਪਰ ਜਦੋਂ ਇੰਨਾ ਪੈਸਾ ਲਾ ਕੇ ਨਿਆਣੇ ਪੜ੍ਹਾ ਲਈਏ ਤੇ ਫਿਰ ਸੋਨੇ ਵੱਲ ਤਾਂ ਏਡਾ ਕੋਈ ਜਾਈਦਾ ਹੀ ਨੀਗਾ ਉਹ ਨਹੀਂ ਨਹੀਂ ਜਾਈਦਾ ਕਿਉਂ ਨੀ ਫਿਰ ਏਦਾਂ ਥੋੜਾ ਵੀ ਕੁੜੀ ਨੂੰ ਵੀ ਆਪਾਂ ਕੰਨਾਂ ਤੋਂ ਉੱਚੀ ਤੋੜ ਦਾਂਗੇ ਆਹੋ ਚਲੋ ਕੋਈ ਨੀ ਫਿਰ ਵੇਖ ਲੈਨੇ ਹਿਸਾਬ ਹਿਸਾਬਾ ਜਿੱਦਾਂ ਦਾ ਹੋਊਗਾ ਹਾਂ ਕਰ ਲੈਨੇ ਆ ਤਾਂ ਮੈਂ ਤੈਨੂੰ ਨਾ ਪਰ ਥੋੜਾ 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 ਆਪਾਂ ਵੜਾਵਾਂਗੇ ਨਾ ਹਾਂ ਇਹ ਹੈਗਾ ਵਾ ਬਣਾ ਕੇ ਰੱਖ ਲੈਨੇ ਆ ਜਿੱਦਾਂ ਦਾ ਫਿਰ ਸਮਾਂ ਆਊਗਾ ਉਦਾਂ ਦਾ ਵੇਖ ਲਾਂਗੇ ਉਦਾਂ ਦਾ ਵੇਖ ਲਾਂਗੇ ਚਲੋ ਇਹ ਚਲੋ ਜਿੱਥੇ ਕਦੇ ਟੱਕਰੂਗਾ ਕੋਈ ਚੰਗਾ ਹੀ ਟੱਕਰੇ ਮਾਲ ਕੇ ਟੱਕਰਾ ਗਿਆ ਉਹ ਤੇ ਹੈ ਹੀ ਆ ਤੇ ਜਿੱਦਾਂ ਦਾ ਵੀ ਸਮਾਂ ਆਊਗਾ ਉਦਾਂ ਦਾ ਵੇਖ ਲਾਂਗੇ ਚਲੋ ਠੀਕ ਆ ਫਿਰ ਕੋਈ ਨੀ ਕਹੋ ਤੁਸੀਂ ਲੰਮੇ ਮੈਂ ਨਾ ਪਾਣੀ ਪੀ ਆਵਾਂ ਜਦੋਂ ਤੁਸੀਂ ਕਹਿੰਦੇ ਧੀ ਨੂੰ ਵਿਆਹਣਾ ਵਾ ਉਦੋਂ ਤੇ ਮੈਨੂੰ ਹੋਰ ਤਰ੍ਹਾਂ ਦਿਲ ਨੂੰ ਹੋਣ ਡੈ ਪੈਂਦਾ ਚਲ ਕੋਈ ਨੀ ਇਹੀ ਮੁੰਡਾ ਵੀ ਵਿਆਹ ਲੈਣਾ ਮੁੜ ਕੇ ਕੇ ਆ ਛੇਤੀ ਮੁੰਡਾ ਵਿਆਹ ਲੈਣਾ ਵਾ ਕਿਤਨਾ ਰਘਬੀਰ ਘਰਾੜੇ ਮਾਰਨ ਡਿਆ ਕਿੱਡਾ ਤੇਜ ਹੈ ਦੱਸ ਖਾਲੀ ਕਦੋਂ ਨੀਂਦਰਾ ਵਾਏ ਮੰਮੀ ਤੁਹਾਨੂੰ ਅੱਜ ਪਤਾ ਲੱਗਾ ਹਾਂ ਇੱਥੇ ਤੇ ਰੋਜ਼ ਇਹੋ ਕੰਮ ਹੁੰਦਾ ਵਾ ਮੈਨੂੰ ਦੱਸਿਆ ਜੀ ਦੋ ਤਿੰਨ ਇਹੋ ਟੈਨਸ਼ਨਾਂ ਰਹਿੰਦੀਆਂ ਵਾ ਵੀ ਰਘਬੀਰ ਨਾ ਕੁਛ ਖਾਂਦਾ ਵਾ ਨਹੀਂ ਸੁੱਤਾ ਰਹਿੰਦਾ ਮੰਮੀ ਕਿੱਥੇ ਖਾਂਦਾ ਤੈਨੂੰ ਉਹ ਬਾਹਰੋਂ ਆਉਂਦਾ ਕਿਤੇ ਵਾਟਰ ਵਧਾ ਕਿਤੇ ਆਪਣਾ ਕਰਦਾ ਵਾ ਵੱਟਾਂ ਪਾਉਂਦਾ ਘਾਹ ਸਾਂਗਦਾ ਬੰਨਿਆਂ ਨਾਲ ਥੱਕ ਜਾਂਦਾ ਵਾ ਮੰਮੀ ਤੂੰ ਤੇ ਇਦਾਂ ਬਹਾਨੇ ਲਾਉਂਦੀ ਰਹਿੰਦੀ ਆ ਉਹ ਕਸ਼ਮੀਰੋਂ ਆਂਟੀ ਦਾ ਮੁੰਡੇ ਦਾ ਪਤਾ ਨਾ ਤੁਹਾਨੂੰ ਚੇਤਾ ਨਾ ਸੁੱਤਾ ਰਹਿਣਾ ਸੁੱਤਾ ਰਹਿਣਾ ਮਾਂ ਨੇ ਕਹਿਣਾ ਕੋਈ ਨੀ ਥੱਕਿਆ ਵਾ ਥੱਕਿਆ ਵਾ ਉਹਨਾਂ ਦਾ ਬਾਹਰ ਲੋਕਾਂ ਨੂੰ ਸਾਰਾ ਪਤਾ ਹੈਗਾ ਮੰਮੀ ਲੋਕਾਂ ਨੂੰ ਬਾਹਰ ਪਹਿਲਾਂ ਪਤਾ ਹੁੰਦਾ ਨਾ ਘਰਦੇ ਨੂੰ ਤੇ ਬਾਅਦ ਚ ਪਤਾ ਲੱਗਦਾ ਉਦੋਂ ਤੇ ਕੰਮ ਵੀ ਹੋ ਜਾਂਦਾ ਵਾ ਸਾਰਾ ਨਹੀਂ ਉਦੋਂ ਤੇ ਵੇਲਾ ਲੰਘ ਜਾਂਦਾ ਬੰਦੇ ਦਾ ਇਦਾਂ ਦਾ ਨਹੀਂ ਰਘਬੀਰ ਹੈਗਾ ਤੂੰ ਐਵੇਂ ਸ਼ੱਕ ਕਰਦੀ ਇੰਨੀਆਂ ਚਰਨ ਦੀ ਤੂੰ ਆਈ ਤੈਨੂੰ ਪਤਾ ਹੀ ਨਹੀਂਗਾ ਮੰਮੀ ਪਤਾ ਤੇ ਮੈਨੂੰ ਹੈਗਾ ਹੀ ਪਰ ਹੁਣ ਮੈਂ ਕੀ ਨਾ ਲੈਂਦੀ ਉਦੋਂ ਨਵੇਂ ਨਵੇਂ ਤਾਂ ਬੰਦਾ ਉਤਰਾ ਹੀ ਨਹੀਂ ਕੂੰਦਾ ਤੇ ਜਦੋਂ ਕੂੰ ਦਾ ਵੇਲਾ ਹੁੰਦਾ ਉਦੋਂ ਤੁਸੀਂ ਨਹੀਂ ਕੂੰ ਦਿੰਦੇ ਕੂਣ ਕੀ ਦਿੰਦੇ ਮੈਂ ਤੇ ਰਘਬੀਰ ਨਿਕਾਜਿਆ ਪਾ ਲਿਆ ਹੱਥੀ ਤੇ ਮੈਂ ਕਿਤਰਾ ਨਾ ਤੈਨੂੰ ਵੀ ਇਹ ਨਸ਼ੇ ਕਰਦਾ ਵਾ ਮੰਮੀ ਬਾਅਦ ਚ ਵੀ ਤੇ ਬੰਦਾ ਲੱਗ ਹੀ ਜਾਂਦਾ ਵਾ ਇਹ ਕੋਈ ਪਤਾ ਹੁੰਦਾ ਵਾ ਭਲਾ ਮੈਂ ਵੇਖਾਂ ਰਘਬੀਰ ਨੂੰ ਵੇਖ ਲੋ ਪੁੱਛ ਲੋ ਮੈਂ ਤੇ ਕੱਲ ਹਜੇ ਕਿਹਾ ਮੈਂ ਸੁੱਤੇ ਰਹਿਣਾ ਉਧਰੋਂ 4:30 ਹੋ ਗਏ ਤੇ ਉੱਠ ਕੇ ਤੇ ਪੱਠੇ ਪਵਾਏ ਮੈਂ ਉੱਠਣਾ ਕਦੋਂ ਆ ਘਰਾੜੇ ਤੇ ਘਰਾੜਾ ਘਰਾੜੇ ਤੇ ਘਰਾੜਾ ਥੱਕ ਜਾਂਦਾ ਵਾ ਕੁੜੀਏ ਲੈ ਵੀ ਮਾਵਾਂ ਤੇ ਨਾ ਲਿੰਬ ਪੋਚ ਕੇ ਬਿਠਾ ਦਿੰਦੀਆਂ ਵਾ ਸਾਰਾ ਕਸੂਰ ਹੀ ਅਗਲੀਆਂ ਚ ਕੱਢ ਦਿੰਦੀਆਂ ਪਤਾ ਵੀ ਹੈਗਾ ਵੀ ਸਾਡੇ ਸੁੱਤੇ ਰਹਿੰਦੇ ਅਗਲੀਆਂ ਨੇ ਸ਼ੱਕ ਵੀ ਤੇ ਕਰਨਾ ਹੀ ਹੁੰਦਾ ਨਾ ਕਿ ਪਤਾ ਕੀ ਖਾਧਾ ਵਾ ਮੈਨੂੰ ਤਾਂ ਲੱਗਦਾ ਨੀਂਦ ਵਾਲੀਆਂ ਗੋਲੀਆਂ ਖਾ ਲੀਆਂ ਹੋਣੀਆਂ ਵਾ ਮੰਨਣਾ ਤੇ ਮੰਮੀ ਨੇ ਹੈ ਨੀ ਆ ਘੜੀ ਦੀ ਮੰਮੀ ਬਹੁਤ ਉਸੇ ਵੇਲੇ ਚਾਦਰਾਂ ਇਕੱਠੀਆਂ ਹੋ ਜਾਂਦੀਆਂ ਇਹ ਬੜਾ ਦੀ ਇਹਨੂੰ ਸਵਾਰਨ ਕਿਹਨੇ ਆਉਣਾ ਆਹ ਹੁਣਾ ਕਿੰਨੇ ਆ ਇੱਥੇ ਲੰਮੀ ਪਈ ਹੈ ਚਾਦਰ ਇਕੱਠੀ ਹੋ ਗਈ ਆ ਤਾਂ ਇੱਥੇ ਤਾਂ ਪਹਿਣਾ ਵਾ ਨਾ ਉਹ ਤਾਂ ਹੋਣੀ ਹੋਣੀ ਆ ਤੇ ਮੈਂ ਚੱਲ ਉੱਠ ਕੇ ਸਾਫ਼ ਕਰ ਦਿੰਦੀ ਹਾਂ ਹੁਣ ਤੁਸੀਂ ਆ ਗਏ ਤਾਂ ਕੋਈ ਹੋਰ ਵੀ ਆ ਹੀ ਸਕਦਾ ਵਾ ਇਦਾਂ ਹੀ
ਸੁੱਖ ਵੀ ਆਈ ਤੇ ਉਹਦੀ ਮਾਂ ਵੀ ਆਈ ਤੇ ਉਹ ਵੀ ਕੁੜੀ ਲੱਭਦੇ ਫਿਰਦੇ ਆ ਤੇ ਜੇ ਆਪਾਂ ਮਨਪ੍ਰੀਤ ਆਉਂਦੀ ਹੈ ਤੇ ਇਹਨੂੰ ਆਖੀਏ ਨਾ ਤੂੰ ਸੁੱਖ ਨੂੰ ਫੋਨ ਕਰ ਪੇਜ ਤੁਹਾਨੂੰ ਮਿਲ ਆਉਣਾ ਤੇ ਮੈਂ ਨਾਲੇ ਪੱਜ ਦਾ ਮੁੰਡੇ ਨੂੰ ਝਾਤੀ ਝੁੱਤੀ ਮਾਰ ਲੈਂਦੇ ਜੇ ਸਾਨੂੰ ਚੰਗਾ ਲੱਗੇ ਤੇ ਇੱਥੇ ਕਰ ਦਿੰਦੇ ਨਹੀਂ ਉਹਨੂੰ ਸੁੱਖ ਦੇ ਭਰਾ ਵੱਲੋਂ ਸੁੱਖ ਦੇ ਭਰਾ ਵੱਲੋਂ ਤੇ ਫਿਰ ਤੁਸੀਂ ਏਦਾਂ ਇਹਨੂੰ ਮਨਪ੍ਰੀਤ ਨੂੰ ਆਪਾਂ ਕਹਿਣਾ ਵਾ ਨਾ ਵੀ ਸੁੱਖ ਨੂੰ ਕਦੇ ਇਹ ਨਾ ਦੱਸਣ ਲੈ ਪਏ ਪਰਸੋਂ ਪਹਿਲਾਂ ਇੱਥੇ ਗੱਲ ਕਰਨ ਡਏ ਆ ਕੱਲ ਹੀ ਕਦੇ ਤੇ ਆਂਦਾ ਹੀ ਜਾ ਕੇ ਤੇ ਫਟਾਫਟ ਦੱਸਣ ਡਿਆ ਵੀ ਉਹਨੂੰ ਗੁਰਜੋਤ ਨੂੰ ਗੁਰਜੋਤ ਮੇਰਾ ਰਿਸ਼ਤਾ ਹੋਣ ਲੱਗਾ ਇਹ ਨਾ ਵੇਖ ਕੇ ਸੁੱਖ ਨੂੰ ਉਸੇ ਵੇਲੇ ਦੱਸਦੇ ਕਿ ਵੇਖਣ ਆਉਣ ਲੱਗੇ ਤੇਰੇ ਭਰਾ ਨੂੰ ਇੰਨੀ ਗੱਲ ਨਾ ਕਦੇ ਦੱਸ ਦੇਵੇ ਤੂੰ ਨਹੀਂ ਨਹੀਂ ਉਹ ਤੁਹਾਨੂੰ ਸਾਰਾ ਸਮਝਾਵਾਂਗੇ ਕਿ ਜਿੱਦਾਂ ਧੀ ਨੂੰ ਆਖਾਂਗੇ ਵੀ ਏਦਾਂ ਤੂੰ ਵਕਤ ਵੀ ਅਸੀਂ ਮਿਲਣ ਆਉਣਾ ਵਾ ਆਉਣਾ ਵਾ ਹੈ ਵੀ ਮਿਲਣੀ ਆਉਣਾ ਵੀ ਮੇਰਾ ਜੀ ਕਰਦਾ ਵਾ ਵੀ ਮਿਲਣਾ ਵਾ ਤੇ ਮੰਮੀ ਡੈਡੀ ਆਂਦੇ ਐ ਮੰਮੀ ਆਉਣਾ ਆਹੋ ਵੀ ਅਸੀਂ ਵੀ ਜਾਣਾ ਅਸੀਂ ਵੀ ਜਾਣਾ ਵਾ ਤੇ ਇੱਦਾਂ ਕਰਕੇ ਉਹਨੂੰ ਆਖੀਏ ਵੀ ਤੂੰ ਕਰ ਫੋਨ ਉਹਨੂੰ ਭਲਾ ਅੱਛਾ ਤੇ ਇਹ ਆ ਵੀ ਕੱਲ ਨੂੰ ਛੁੱਟੀ ਆ ਕੱਲ ਨੂੰ ਆਹੋ ਦੋ ਛੁੱਟੀਆਂ ਆ ਗਈਆਂ ਗਾੜੀ ਹੁਣ ਆਹੋ ਤੇ ਛੁੱਟੀ ਆ ਵੀ ਕੱਲ ਛੁੱਟੀਆਂ ਦੇ ਵਿੱਚ ਹੋਉਂਦੇ ਨਾਲੇ ਤੇ ਨਾਲੇ ਸੁੱਖ ਨੂੰ ਵੀ ਛੁੱਟੀ ਹੋਣੀ ਆ ਆਹੋ ਮੁੜ ਕੇ ਫਿਰ ਝੋਨੇ ਝਾਰੇ ਲੱਗਣ ਡਿਆ ਪੈਣੇ ਆ ਤੇ ਫਿਰ ਮੈਂ ਉਧਰ ਪੁੱਤਰਾਂ ਤੇ ਗੱਲ ਕਰਦੀ ਨਾ ਮਨਪ੍ਰੀਤ ਵੀ ਸੁੱਖ ਨੇ ਗੱਲ ਕੀਤੀ ਆਪਣੇ ਭਰਾ ਨਾਲ ਦੇ ਭਰਾ ਉਹਦਾ ਲੜ ਪਿਆ ਤੇ ਉਹ ਮੇਰੇ ਨਾਲ ਗੱਲ ਕਰਾਈ ਤੇ ਮੇਰੇ ਨਾਲ ਵੀ ਲੜ ਪਿਆ ਆਹੋ ਤੇ ਮੈਂ ਆਂਦੀ ਨਹੀਂ ਆਈ ਨਹੀਂ ਇੱਥੇ ਕਰਨਾ ਉਹ ਲੜਾਕਾ ਬੜਾ ਲੜਾਕਾ ਬੜਾ ਪਰ ਮੈਂ ਨਾ ਚਲ ਕੋਈ ਨਹੀਂ ਜਾਣੇ ਏਦਾਂ ਇੱਕ ਦੂਜੇ ਨਾਲ ਕਰਦੇ ਹੁੰਦੇ ਆ ਤੇ ਆਪਾਂ ਨਾਲੇ ਝਾਤੀ ਮਾਰ ਆਉਂਦੇ ਆ ਪਤਾ ਲੱਗ ਜੂ ਵੀ ਕਿੱਦਾਂ ਦਾ ਸੁਭਾਅ ਮੁੰਡੇ ਦਾ ਕਿੱਦਾਂ ਦਾ ਨਹੀਂ ਤੇ ਨਾਲੇ ਝਾਤੀ ਮਾਰ ਲਾਂਗੇ ਤੇ ਮੁੜ ਕੇ ਲਾਗੇ ਛਾਗੇ ਪੁੱਛ ਵੀ ਲਈ ਜਾਂ ਹੁੰਦਾ ਵਾ ਨਹੀਂ ਨਹੀਂ ਪੁੱਛ ਕੇ ਇਹ ਥੋੜਾ ਵੀ ਅਸੀਂ ਆਪਣੇ ਮਨ ਦੇ ਹਾਂ ਵੀ ਠੀਕ ਆ ਉਹ ਵੇਲੇ ਤੇ ਬੁੰਨੇ ਬਣ ਕੇ ਬੈਠੇ ਹੁੰਦੇ ਆ ਕੁੜੀ ਵੇਖਣ ਜਾਈਏ ਤੇ ਉਹਨੇ ਵੀ ਹਾਂ ਜਿੰਨਾ ਸਵਾਲ ਪੁੱਛੋ ਉਹਨੇ ਹੀ ਦੇਣਾ ਜਵਾਬ ਮੁੰਡਾ ਵੇਖਣ ਜਾਉ ਤੇ ਉਹ ਵੀ ਉਹ ਗੱਲ ਤੇ ਚਲੋ ਕੁੜੀਆਂ ਕੁੜੀਆਂ ਸਹੇਲੀਆਂ ਵੇਖਣ ਮੌਕਾ ਲੈਣ ਬਣਿਆ ਬਣਾਇਆ ਉਹ ਚਲੋ ਸਾਡੇ ਮਨ ਦੀ ਮਰਜ਼ੀ ਹੋਊ ਨਾ ਅਸੀਂ ਉੱਥੇ ਹਾਂ ਨਹੀਂ ਕੋਈ ਕਰਕੇ ਆਉਣੀ ਉਹਨਾਂ ਨੂੰ ਨਹੀਂ ਗੱਲ ਨਹੀਂ ਕੋਈ ਵੀ ਕਰਨੀ ਆ ਗੱਲ ਨਹੀਂ ਕਰਨੀ ਤੇ ਕੋਈ ਨਹੀਂ ਉਦਾਂ ਜਾਵਾਂਗੇ ਫਿਰ ਵੇਖ ਲੈਂਦੇ ਵੇਖਣ ਚ ਆਖਿਆ ਬੰਦੇ ਦੀ ਤੋਰ ਤੋਂ ਪਤਾ ਲੱਗ ਜਾਂਦਾ ਬੰਦਾ ਕਿੱਦਾਂ ਦਾ ਕਿੱਦਾਂ ਦਾ ਪਾਣੀ ਦੇ ਹਾਂ ਘੜੇ ਬਾਕੀ ਆ ਪਾਣੀ ਪਿਆਲ ਦੇ ਨੂੰ ਘੁੱਟ ਲੈ ਆ ਉਹ ਸੋਨਾ ਨੇ ਬਲਜੀਤ ਉਹ ਹੈ ਇੰਨਾ ਤੰਗ ਕਿਉਂ ਆ ਤੂੰ ਉਹ ਮੰਮੀ ਤੂੰ ਹਾਂ ਕੀ ਗੱਲ ਹੈ ਤਾਂ ਲਿਆ ਕਰੋ ਕੁਛ ਉਹ ਹਾਂਜੀ ਦੱਸੋ ਦੱਸਦੀ ਆ ਬਹਿ ਤੇ ਜਾਂ ਲੈਣ ਦੇ ਮੈਨੂੰ ਫੇਰ ਕੇ ਨਹੀਂ ਇੱਥੇ ਹੀ ਬਹਿ ਜਾਓ ਹਾਂ ਇੱਥੇ ਮੈਂ ਹਾਂ ਬਹਿਨੀ ਆ ਤੇਰੇ ਲਾਗੇ ਨੀਂਦ ਖਰਾਬ ਕਰਦੀ ਮੰਮੀ ਆਹ ਨੀਂਦ ਖਰਾਬ ਤੈਨੂੰ ਬਹੁਤ ਆਈ ਆ ਨੀਂਦ ਹੁਣ ਕੰਮ ਧੰਦਾ ਨਹੀਂ ਕਰਨਾ ਉੱਠ ਕੇ ਸੁੱਤੇ ਰਹਿਣਾ ਤੂੰ ਕੀ ਕਰਾਂ ਤੇ ਬਹਿ ਦੇ ਘਰਾੜੇ ਘਰਾੜਾ ਮਾਰਨ ਡਿਆ ਮੰਮੀ ਥੱਕ ਜਾਈਦੇ ਵਾ ਜ਼ਿਆਦਾ ਚੱਲ ਕੋਈ ਗੱਲ ਨਹੀਂ ਇਹੋ ਤੇ ਚਾਰ ਦਿਨ ਕੰਮ ਦੇ ਆ ਤੇ ਮੈਂ ਤੇ ਤੇਰੇ ਨਾਲ ਸਲਾਹ ਕਰਨੀ ਕਰੋ ਇਹੋ ਹੀ ਕਿ ਮੰਨੇ ਵੱਲੋਂ ਹੀ ਵੀ ਰਿਸ਼ਤੇ ਵੱਲੋਂ ਹੀ ਤੇ ਉਹ ਕੁੜੀ ਮੰਗ ਹੀ ਨਾ ਦੇਣ ਤੇ ਅਸੀਂ ਐਵੇਂ ਆਖੀ ਜਾਈਏ ਵੀ ਅਸੀਂ ਕਰਨਾ ਕਰਨਾ ਤੂੰ ਆਂਦੇ ਜੋ ਅਸੀਂ ਅਸੀਂ ਮੰਗਣੀ ਆ ਚੱਲ ਆਉਂਦੀਆਂ ਸੁੱਖ ਤੇ ਕਰ ਲਓ ਸਾਰੇ ਜਣੇ ਸਲਾਹ ਬਹਿ ਗਏ ਹਾਂ ਕਰਨਾ ਤੇ ਹੈਗਾ ਹੀ ਆ ਆਹੋ ਕਰਨਾ ਚਲੋ ਕਰ ਹੀ ਲਈਏ ਮੈਂ ਤੇ ਆਨੀ ਆ ਕੁੜੀ ਚੰਗੀ ਆ ਚਲੋ ਕੋਈ ਗੱਲ ਨੀ ਮੰਨਾ ਤਾਂ ਉਤਰਾਣ ਦਾ ਮੋਟੀ ਆ ਕੋਈ ਨੀ ਮੋਟੀ ਆਪਣੀ ਸੁੱਖ ਨੀ ਮੋਟੀ ਮੋਟੀ ਕਿਹੜੇ ਕਿੰਨੀ ਕੁ ਵਾਰ ਧੀ ਪੁੱਤ ਸੋਹਣਾ ਲੱਗਦਾ ਵਾ ਆਹੋ ਨਾਲੇ ਗਾੜੀ ਪਨੀਰੀ ਚੇਂਜ ਹੋ ਜਾਂਦੀ ਆ ਪਨੀਰੀ ਚੇਂਜ ਹੋ ਜਾਂਦੀ ਆ ਹਾਂ ਚਲੋ
ਫਿਰ ਵੇਖ ਲੈਨੇ ਹੈ ਤੇ ਇਹੋ ਸਲਾਹ ਕਰਨੀ ਸੀ ਮੈਂ ਤਾਂ ਮੈਂ ਕਦੋਂ ਨੀ ਵੇਖਣ ਡਈ ਤੂੰ ਸੁੱਤਾ ਹੈਗਾ ਤੇ ਮੈਂ ਉੱਠਦਾ ਤੇ ਗੱਲ ਕਰਦੀ ਉੱਠਦਾ ਤੇ ਗੱਲ ਕਰਦੀ ਬਸ ਇੰਨੀ ਗੱਲ ਸੀ ਤੇ ਹੋਰ ਪੁੱਤ ਤੁਹਾਡੇ ਨਾਲ ਸਲਾਹ ਕਰਨੀ ਮੈਂ ਕਿਹਦੇ ਨਾਲ ਕਰਨੀ ਮੈਂ ਪਤਾ ਨੀ ਕੀ ਭਾਠਾ ਮਿਲਿਆ ਜਿਹੜਾ ਖਾਲਤਾ ਮੈਨੂੰ ਠਾਲ ਦਿੱਤਾ ਦੱਸ ਹੁਣ ਸੁੱਤਾ ਰਹੋ ਫਿਰ ਸੌਂ ਜਾ ਦੇਰ ਰਾਤ ਨੂੰ ਮੰਮੀ ਕਈ ਬੱਤੀ ਨੀ ਆਉਂਦੀ ਚੱਲ ਦਿਨੇ ਕਈ ਹੁਣ ਥੋੜ੍ਹੀ ਸ਼ਾਂਤੀ ਜੀ ਆ ਜੋ ਸੁੱਖ ਆ ਜਾਂਦੀ ਘਰ ਉਹ ਨੀ ਟਿਕਣ ਦਿੰਦੀ ਕਦੇ ਉਹਦੀਆਂ ਫਰਮਾਇਸ਼ਾਂ ਨੀ ਪੁੰਨੀਆਂ ਕਦੀ ਆਹ ਲਿਆ ਦਿਓ ਕਦੀ ਆਹ ਲਿਆ ਦਿਓ ਮੈਨੂੰ ਤੇ ਪੁੱਤ ਤੁਹਾਨੂੰ ਭੈਣ ਵਾ ਤੁਹਾਡੀ ਤੁਹਾਨੂੰ ਹੀ ਆਖਣਾ ਉਹਨੇ ਕਿੱਥੇ ਜਾਣਾ ਵਾ ਆਖਣ ਸ਼ਹਿਰ ਜਾਂਦੀ ਪੜ੍ਹਨ ਬਣਾਉਣ ਲੱਗਾ ਆਪਣੀ ਚੀਜ਼ ਲਈ ਆਉਂਦਾ ਵਾ ਫਿਰ ਇਸ ਤਰ੍ਹਾਂ ਉਹਨੂੰ ਟਾਈਮ ਲੱਗ ਗਿਆ ਸਾਡਾ ਧਿਆਨ ਰਹਿੰਦਾ ਵਾ ਦੁਕਾਨ ਦੇ ਉੱਤੇ ਟਾਈਮ ਤਾਂ ਲੱਗ ਹੀ ਜਾਂਦਾ ਚੀਜ਼ ਲੈਣ ਲਈ ਤੇ ਪਰ ਨਿਆਣੇ ਨੂੰ ਇੰਨਾ ਵਾਰਾ ਨੀ ਕਰੀਦਾ ਹੁੰਦਾ ਚੰਗਾ ਸਗੋਂ ਤੁਸੀਂ ਜਾਣ ਕੇ ਦਿੰਦੇ ਚੱਲ ਠੀਕ ਆ ਕੋਈ ਗੱਲ ਨੀ ਕਿਹੜੇ ਬਲਜੀਤ ਕਰਨ ਹੁਣ ਬਲਜੀਤ ਚੌਂਕੇ ਚ ਹੀ ਆ ਕੁਛ ਕਰਨ ਲਈ ਤੇ ਗਏ ਨਿੰਬੂ ਪਾਣੀ ਲੈ ਆਉਂਦੇ ਕਿਤੇ ਮਾਸਾ ਹੁਣ ਕੋਈ ਨੀ ਲੈ ਆਉਂਦੀ ਆ ਉਹਨੇ ਕਿਸੇ ਬਣਾਉਣਾ ਵਾ ਹਾਂ ਉਹਦੇ ਅੱਗੇ ਬਹਾਨੇ ਲੱਭਦੀ ਰਹਿੰਦੀ ਕੁਛ ਕੁਛ ਸੁਣਾ ਹੀ ਸੁਣਾ ਦੇਵੇ ਦੱਸ ਮੈਂ ਫਿਰ ਜਾਵਾਂ ਆਹ ਜਾ ਮੰਮੀ ਬਣਾ ਹੀ ਲਿਆ ਫਿਰ ਆਹੋ ਤੇ ਫਿਰ ਆਪਾਂ ਹੁਣ ਸਲਾਹ ਕਰ ਲਈਏ ਨਾ ਹੋਏ ਵੀ ਕੁੜੀ ਅਸੀਂ ਆਖੀਏ ਵੀ ਅਸੀਂ ਕਰਨਾ ਅਸੀਂ ਕਰਨਾ ਤੇ ਅਗਲੇ ਕਿਤੇ ਲਾਂਭੇ ਕੋਈ ਨੀ ਕਰ ਲੈਣੇ ਸ਼ਾਮਾਂ ਨੂੰ ਜੇ ਸੁੱਖ ਆਜੂ ਵੀ ਕਰਕੇ ਸਾਰੇ ਕੰਮ ਤੇ ਇਸ ਤਰ੍ਹਾਂ ਹੀ ਰਹਿਣੇ ਆ ਰਘਵੀਰ ਕੰਮ ਨੀ ਘਰਾਂ ਦੇ ਮੁੱਕਦੇ ਹੁੰਦੇ ਤੇ ਮੈਂ ਉਹਨੂੰ ਆਨੀਆਂ ਪਾਣੀ ਬਣਾ ਦੇ ਫਿਰ ਬਰਫ਼ ਘੱਟ ਹੀ ਪਾਇਓ ਵਿੱਚ ਚਲੋ ਚੰਗਾ ਨਿੰਬੂ ਮਸਾ ਵੱਧ ਪਾ ਲਿਓ